ਸਮਾਣਾ ਦਾ ਮਿੰਨੀ ਬਾਈਪਾਸ ਤੁਹਾਨੂੰ ਦਿਖਾਉਣ ਜਾ ਰਿਹਾ, ਜਿਹੜਾ ਕਿ 6 ਮਹੀਨੇ ਟੁੱਟਿਆ ਪਿਆ। ਇਹ ਜਿਹੜੀ ਸੜਕ ਤੁਸੀਂ ਦੇਖ ਰਹੇ ਹੋ, ਇਸ ਸੜਕ ਦੇ ਹਾਲਾਤ ਕੀ ਹੈ, ਟੁੱਟੀ ਪਈ ਸੜਕ ਬਿਲਕੁਲ, ਸਾਰਾ ਰਸਤਾ ਸੀਵਰੇਜ ਦੇ ਨਾਮ 'ਤੇ ਪੱਟੀ ਗਈ ਸੀ ਸੜਕ। ਇਹ ਸੜਕ ਸਮਾਣਾ ਬਾਗੜ ਨਹਿਰ ਕੇ ਪਟਿਆਲਾ ਪੁਲ ਤੋਂ ਬਰੇਚਾ ਰੋਡ ਤੱਕ, ਬਰੇਚਾ ਰੋਡ ਜਾਂਦੀ ਹੈ ਜਿੱਥੇ ਕਿ ਤਕਰੀਬਨ ਕਾਫੀ ਮਤਲਬ ਅੱਗੇ ਪਿੰਡ ਲੱਗਦੇ ਵੀ ਬਾਈਪਾਸ, ਮਿੰਨੀ ਬਾਈਪਾਸ ਇਹਨੂੰ ਕਹਿ ਸਕਦੇ ਹਾਂ, ਲੇਕਿਨ 6 ਮਹੀਨੇ ਤੋਂ ਵੱਧ ਵਕਤ ਹੋ ਗਿਆ। ਇਹ ਸਾਰੀ ਸੜਕ ਟੁੱਟੀ ਪਈ ਹੈ ਰਜਵਾਹੇ ਦੇ ਨਾਲ ਨਾਲ, ਨਾਮਧਾਰੀ ਕਲੋਨੀ ਅੱਗੇ ਹੋਰ ਵੀ ਕਲੋਨੀ ਹੈ ਜਿਹੜਾ ਰਸਤਾ ਬਿਲਕੁਲ ਨਹੀਂ ਹੈ, ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਹੈ, ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹੈ ਵੀ ਇਸ ਸੜਕ ਨੂੰ ਬਣਾਇਆ ਜਾਵੇ। ਇਸ ਲਈ ਅਸੀਂ ਵੀ ਅਪੀਲ ਕਰਦੇ ਹਾਂ ਵੀ ਇਸ ਸੜਕ ਨੂੰ ਘੱਟੋ ਘੱਟ ਜੇ 6 ਮਹੀਨੇ ਵਕਤ ਦਾ ਵਕਤ ਹੋ ਗਿਆ, ਇਸ ਬਾਈਪਾਸ ਕੇ ਉੱਪਰ ਪ੍ਰੀਮਿਸ ਪਾ ਕੇ ਇਸ ਸੜਕ ਨੂੰ ਤੁਰੰਤ ਬਣਾਇਆ ਜਾਵੇ, ਤਾਂ ਕਿ ਲੋਕਾਂ ਨੂੰ ਸਰਕਾਰੀ ਹਸਪਤਾਲ ਜਾਣ ਦੇ ਲਈ ਇਸ ਰਸਤੇ ਦੀ ਵਰਤੋਂ ਕੀਤੀ ਜਾ ਸਕੇ। ਇਹ ਸੜਕ ਹੈ ਜੀ ਆਪਣੀ ਗਊਸ਼ਾਲਾ ਤੋਂ ਨੂਰਪੁਰ ਜਾਂਦੀ ਹੈ ਬੜਚਾ ਬੱਚੇ ਸਕੂਲ ਜਾਣ ਤੋਂ ਵੀ ਬੱਸਾਂ ਨਹੀਂ ਆਉਂਦੀਆਂ ਬਹੁਤ ਔਖਾ ਹੁੰਦਾ ਜੀ ਬੱਸਾਂ ਨਹੀਂ ਆਉਂਦੀਆਂ ਹੈਗੀਆਂ, ਬੱਚੇ ਸਕੂਲ ਨਹੀਂ ਜਾ ਪਾਉਂਦੇ, ਦੂਰ ਜਾਣਾ ਪੈਂਦਾ ਠੰਡ 'ਚ ਉਹਨਾਂ ਨੂੰ। ਹਾਂਜੀ, ਇਸ ਕਰਕੇ ਵੀ ਸਰਕਾਰ ਨੂੰ ਕਹਿੰਦੇ ਵੀ ਛੇਤੀ ਛੇਤੀ ਬਣਾਈ ਜਾਵੇ ਸੜਕ। ਇੱਥੇ ਜੀ ਬੜਾ ਔਖਾ ਜੀ, ਲੋਕ ਲੰਘਦੇ ਨੇ ਰਾਤ ਨੂੰ ਕਿ ਦਿਨ ਦਿਹਾੜੇ ਵੀ ਲੋਕ ਨਾ ਸਮੈਕੀ ਮਤਲਬ ਕੋਈ ਮੋਬਾਈਲ ਖੋਲਿਆ ਕੁੱਟਮਾਰ ਬੜੀ ਕਰਦੇ ਜੀ ਇੱਥੇ, ਬੜਾ ਖਤਰਾ ਜੀ ਸਾਨੂੰ, ਲਾਈਟ ਕੁਛ ਹੈ ਨਹੀਂ, ਰਾਤ ਨੂੰ ਬੜਾ ਔਖਾ ਜਾਣਾ। ਸੜਕ ਠੀਕ ਹੋਵੇ ਤਾਂ? ਸੜਕ ਠੀਕ ਹੋ, ਹਾਂਜੀ ਬਹੁਤ ਜ਼ਰੂਰੀ ਸੜਕ ਠੀਕ ਹੋਣੀ ਜੀ, ਵੀ ਲਾਈਟਾਂ ਵੀ ਜ਼ਰੂਰੀ ਨੇ, ਲਾਈਟਾਂ ਵੀ ਨਹੀਂ ਹੈਗੀਆਂ ਇੱਥੇ, ਬਿਲਕੁਲ ਹਨੇਰਾ ਰਹਿੰਦਾ ਦਿਨ 'ਚ, ਦੁਪਹਿਰੇ ਹੀ ਹਾਲ ਹੁੰਦਾ। ਕਲੋਨੀ ਇਹ ਆਪਣੀ ਹੈਗੀ ਦਰਦੀ ਕਲੋਨੀ ਹੈ ਜੀ, ਪ੍ਰਤਾਪ ਕਲੋਨੀ ਹੋ ਗਈ ਇੱਧਰੋਂ, ਆਪਣਾ ਆਪਣਾ ਅੱਗੇ ਨਾਮਧਾਰੀ ਕਲੋਨੀ ਹੋ ਗਈ ਜੀ, ਇਹ ਸਾਰੀ ਕਲੋਨੀ ਇੱਧਰੋਂ ਹੀ ਲੰਘਦੀਆਂ ਨੇ ਅੱਗੇ ਨੂਰਪੁਰ ਤੱਕ, ਅੱਗੇ ਨੂਰਪੁਰ ਹੈ ਜੀ, ਨੂਰਪੁਰ ਜਾਂਦਾ ਉਹ ਬੜੈਚਾਂ ਲੰਘ ਜਾਂਦਾ ਫਿਰ। ਮਤਲਬ ਚਿੱਕੜ ਹੁੰਦਾ ਗਾ, ਕੋਈ ਮਤਲਬ ਲਾਂਘਾ ਤੰਗਾ ਨਹੀਂ ਹੈਗਾ ਇੱਧਰ ਆਣਾ ਜਾਣ ਦਾ। ਵਾਧੂ ਕਿਹਾ ਜੀ, ਚੇਤਨ ਕੋਲੇ ਵੀ ਗਏ ਨੇ ਸਾਡੀ ਕਲੋਨੀ ਦੇ ਬੰਦੇ ਇਕੱਠੇ ਹੋ ਕੇ, ਕੋਈ ਰਾਹ ਨਹੀਂ ਦੇ ਰਹੇ ਜੀ। ਇਹਨੂੰ ਪੱਟੀ ਨੂੰ ਕਾਫੀ ਚਿਰ ਹੋ ਗਿਆ ਜੀ, ਬਹੁਤ ਖਰਾਬ ਆ। ਇੱਧਰ ਅਸੀਂ ਜਾਂਦੇ ਹਾਂ ਟੈਕਸੀ ਦਾ ਕੰਮ ਆ ਆਪਣਾ, ਇੱਧਰੋਂ ਮਹੱਲਿਆਂ 'ਚ ਜਾਂਦੇ ਰਹਿੰਦੇ ਹਾਂ ਸਾਰੇ ਬਾਜ਼ਾਰ 'ਚ। ਇਹ ਸੜਕ ਦਾ ਬਹੁਤ ਬੁਰਾ ਹਾਲ ਆ, ਔਰ ਆਵਾਜਾਈ ਵੀ ਇੱਧਰ ਕਾਨੂੰਨੀ ਆ, ਬਹੁਤ ਮਤਲਬ ਕਿ ਰਹਿਸ ਆ ਇੱਧਰ, ਵੀ ਇਹ ਸੜਕ ਬਣਨੀ ਚਾਹੀਦੀ ਹੈ, ਬਹੁਤ ਬੁਰਾ ਹਾਲ ਆ ਇਹਦਾ। ਕੱਚਾ ਰਸਤਾ ਹੈ, ਮੀਂਹ ਪੈ ਜਾਂਦਾ ਫਿਰ ਕੀ ਬਣਦਾ? ਬਹੁਤ ਬੁਰਾ ਹਾਲ ਹੋ ਜਾਂਦਾ ਜੀ ਮੀਂਹ ਪੈਣ ਦੇ ਬਾਅਦ। ਇੱਧਰੋਂ ਗਲੀਆਂ 'ਚੋਂ ਆਉਂਦੇ ਹਾਂ, ਗਲੀਆਂ 'ਚ ਕਾਰਾਂ ਖੜੀਆਂ ਹੁੰਦੀਆਂ ਨੇ, ਹੋਰ ਪਾਸੋਂ ਦੀ ਕੋਈ ਰਾਹ ਨਹੀਂ, ਇਹ ਮੇਨ ਰਸਤਾ ਜੇ ਬਣ ਜੇ ਤਾਂ ਬਹੁਤ ਵਧੀਆ ਰਹੂਗਾ। ਦਰਦੀ ਕਲੋਨੀ ਹੈ ਜੀ, ਕੀ ਹਾਲਾਤ ਹੈ ਰਸਤੇ? ਇਹਦਾ ਹਾਲਾਤ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਵੇਂ ਖਸਤਾ ਹਾਲਤ ਬਣੀ ਹੋਈ ਹੈ। ਇਹ ਪੱਟੀ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ? ਇਹਨੂੰ ਪੱਟੇ ਨੂੰ ਹੋ ਗਏ ਸਾਲ ਹੋ ਗਏ, ਪੱਟੇ ਨੂੰ ਅੱਧਾ ਰਾਹ ਬਣੇ ਅੱਧਾ ਛੱਟ। ਜੇ ਮੀਂਹ ਪੈ ਜੇ ਫਿਰ ਕੀ ਬਣਦਾ? ਮੀਂਹ ਪੈ ਜਾਵੇਗੀ, ਚੱਕਰ ਚੱਕਰ ਬੜਾ ਹਾਲ, ਫਿਰ ਇਸਦਾ ਤਾਂ ਸੁਧਾਰ ਹੋਣਾ ਚਾਹੀਦਾ, ਸੜਕ ਸਾਫ ਸੁਥਰੀ ਹੋਣੀ ਚਾਹੀਦੀ, ਸੜਕ ਬਣਨੀ ਚਾਹੀਦੀ ਹੈ ਨਵੀਂ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।